ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਈਟੀਟੀ ਟੈਟ ਪਾਸ ਬੇਜ਼ਗਰ ਅਧਿਆਪਕਾਂ ਦੀ ਜਿਹੜੀ ਸਿੱਖਿਆ ਮੰਤਰੀ ਨੇ ਪ੍ਰਗਟ ਸਿੰਘ ਸੋ ਇਹਨਾਂ ਨਾਲ ਮੀਟਿੰਗ ਹੋਈ ਹੈ ਸੋ ਉਸ ਮੀਟਿੰਗ ਦੌਰਾਨ ਕਿਹੜੇ-ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕੀ ਕੁਝ ਗੱਲਬਾਤ ਹੋਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਹੀ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਸੋ ਮੀਟਿੰਗ ਦੇ ਵਿੱਚ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਜਿਹਦੇ ਵਿੱਚ 2364 ਦਾ ਈਟੀਟੀ ਅਧਿਆਪਕਾਂ ਦੀ ਭਰਤੀ ਦੇ ਲੱਗੇ ਸਾਰੇ ਕੇਸਾਂ ਦੀ ਜਿਹੜੀ ਸੁਣਵਾਈ ਹੈ ਉਹ ਹੋ ਚੁੱਕੀ ਹੈ ਉਸ ਦਾ ਡਿਸੀਜਨ ਕੋਰਟ ਵਿੱਚੋਂ ਲੈਣ ਲਈ ਕਿਹਾ ਅਤੇ 2364 ਸਾਮੀਆਂ ਨੂੰ ਆਫਰ ਲੈਟਰ ਦੇਣ ਬਾਰੇ ਗੱਲਬਾਤ ਹੈ ਜਿਹੜੀ ਉਹ ਕੀਤੀ ਗਈ ਜਿਸ ਵਿੱਚ ਈਟੀਟੀ ਨੂੰ ਪਹਿਲ ਦੇ ਆਧਾਰ ਤੇ ਵਿਚਾਰ ਕੇ ਜਲਦੀ ਹੱਲ ਕਰਨ ਲਈ ਕਿਹਾ ਗਿਆ ਇਸ ਤੋਂ ਇਲਾਵਾ ਐਸਸੀ ਬਕਲਾਗ ਦੀਆਂ ਪੋਸਟਾਂ ਬਾਰੇ ਸਿੱਖਿਆ ਭਾਗ ਤੋਂ ਰਿਪੋਰਟ ਲੈਣ ਲਈ ਕਿਹਾ ਗਿਆ ਤੇ ਐਸਸੀ ਬੈਕਲੌਂਗ ਨੂੰ 635 ਪੋਸਟਾਂ ਦੇ ਵਿੱਚ ਐਡ ਕਰਨ ਲਈ ਕਿਹਾ ਗਿਆ 435 22 ਪੋਸਟਾਂ ਦਾ ਨਤੀਜਾ ਜਿਹੜਾ ਉਹ ਜਲਦੀ ਦੇਣ ਬਾਰੇ ਗੱਲ ਕੀਤੀ ਗਈ ਉਮਰ ਹੱਦ ਪਾਰ ਕਰ ਚੁੱਕੇ ਸਾਥੀਆਂ ਦਾ ਜਲਦੀ ਮਸਲਾ ਹੱਲ ਕਰਨ ਲਈ ਬੇਨਤੀ ਕੀਤੀ ਗਈ 435 ਈਟੀਟੀ ਅਧਿਆਪਕਾਂ ਦੀ ਭਰਤੀ ਦੇ ਵਿੱਚ ਪੋਸਟਾਂ ਦੇ ਵਿੱਚ ਜੋ ਵਾਅਦਾ ਕਰਨ ਲਈ ਕਿਹਾ ਗਿਆ ਜਿਸ ਤਰ੍ਹਾਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਈਟੀਟੀ ਅਧਿਆਪਕਾਂ ਦੀ ਭਰਤੀ ਦਾ ਨਤੀਜਾ ਬਹੁਤ ਹੀ ਜਲਦ ਘੋਸ਼ਿਤ ਜਿਹੜਾ ਕੀਤਾ ਜਾਵੇਗਾ ਤੇ ਭਰਤੀ ਦੀ ਪ੍ਰਕਿਰਿਆ ਨੂੰ ਬਹੁਤ ਤੇਜ਼ੀ ਨਾਲ ਸ਼ੁਰੂ ਕੀਤੀ ਜਾਵੇਗੀ ਤੇ ਹੋਰ ਬਹੁਤ ਸਾਰੀਆਂ ਮੰਗਾਂ ਸੀ ਜੋ ਅਧਿਆਪਕਾਂ ਦੀਆਂ ਬਹੁਤ ਜਲਦੀ ਵਿਭਾਗ ਵੱਲੋਂ ਹੱਲ ਕੀਤੀ ਜਾਣਗੀਆਂ 635 ਦੇ ਲੱਗੀ ਸਟੇਜ ਨੂੰ ਹਟਾਉਣ ਲਈ ਵਿਭਾਗ ਵੱਲੋਂ ਹਰ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਵੇਗੀ ਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਲੋੜ ਨਹੀਂ ਵਿਭਾਗ ਪਹਿਲ ਦੇ ਆਧਾਰ ਤੇ ਸਟੇਜ ਨੂੰ ਹਟਾਉਣ ਦੀ ਕੋਸ਼ਿਸ਼ ਚ ਜਿਹੜਾ ਲੱਗਿਆ ਹੋਇਆ ਸਾਰੇ ਸਾਥੀਆਂ ਨੂੰ ਬੇਜ਼ਗਰ ਈਟੀਟ ਟੈਟਪਾਸ ਅਧਿਆਪਕ ਜੂਨੀਅਨ ਵੱਲੋਂ ਅਪੀਲ ਕਰਦੇ ਆ ਕਿ ਸਾਥੀਓ ਸਿਰਫ ਸਰਕਾਰ ਤੇ ਆਪਾਂ ਭਰੋਸੇ ਤੇ ਬੈਠ ਨਹੀਂ ਸਕਦੇ ਸੋ ਜੇਕਰ ਸਿੱਖਿਆ ਭਾਗ ਵੱਲੋਂ 1-2 ਦਿਨਾਂ ਵਿੱਚ ਕੋਈ ਆਪਣੇ ਹੱਕ ਦੇ ਵਿੱਚ ਫੈਸਲੇ ਨਹੀਂ ਲਏ ਜਾਣਗੇ ਤਾਂ ਜਲਦੀ ਸੂਬਾ ਕਮੇਟੀ ਵੱਲੋਂ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਹੈ ਜਿਹੜਾ ਉਹ ਕੀਤਾ ਜਾਣਗਾ ਕੀਤਾ ਜਾਏਗਾ ਸਾਰੇ ਸਾਥੀਏ ਜਿਹੜੇ ਉਹ ਤਿਆਰ ਰਹਿਣ ਸੋ ਮੀਟਿੰਗ ਦੌਰਾਨ ਇਹ ਅਪਡੇਟਸ ਆਈ ਹੈ ਸੋ ਹਰ ਮੀਟਿੰਗ ਦੇ ਵਿੱਚ ਭਰੋਸਾ ਜਿਹੜਾ ਉਹ ਦਿੱਤਾ ਜਾਂਦਾ ਹੈ ਸੂਕੀ ਕੋ ਜੋ ਸਾਹਮਣੇ ਆਏਗਾ ਜੁਨੀਅਨ ਵੱਲੋਂ 1-2 ਦਿਨ ਦਾ ਵੇਟ ਕਰ ਲਿਕੇ ਹੈਗੇ ਇਸ ਤੋਂ ਬਾਅਦ ਇਹ ਮੀਟਿੰਗ ਕਰਨਗੇ ਫਿਰ ਅਗਲੇ ਜੋ ਪਲਾਨ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਜੋ ਵੀ ਅਪਡੇਟ ਆਏਗਾ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ